ਤੁਸੀਂ ਵਿਸ਼ਵਾਸ ਕਰੋ ਕਿ ਪ੍ਰਭੂ ਨੇ ਉਹ 1.5 ਕਰੋੜ ਦੀ ਮੋਰਗੇ ਜਿਹੜੀ ਰਹਿੰਦੀ ਸੀ 5 ਸਕਿੰਟਾਂ ਦੇ ਵਿੱਚ ਪੇ ਆਫ ਕਰ। ਪਰ ਸਾਡੇ ਅੱਖਾਂ ਦੇ ਸਾਹਮਣੇ ਗਰੀਬ ਬੱਚੇ ਕਈ ਮਰੇ ਉੱਥੇ, ਇੱਕ ਬੇਟਾ ਮਰ ਗਿਆ ਉੱਥੇ, ਉਹਦੇ ਕੋਲ ਉਹਨਾਂ ਦੀ ਫੈਮਿਲੀ ਕੋਲ ਇਲਾਜ ਨਹੀਂ ਕਰ ਸ਼ੁਰੂ ਤੋਂ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਉਹਨਾਂ ਦੇ ਕਰੀਅਰ ਬੇਸ ਤੱਕ, ਉਹਨਾਂ ਦਾ ਜੋ ਉਹਨਾਂ ਨੇ ਬਣਨਾ, ਵੀ ਹੈਵ ਪਲੈਜਡ ਵਿਦ ਗੋਡ ਦੈਟ ਵੀ ਵਿਲ ਸਟੈਂਡ ਵਿਦ ਦੈਮ, ਅਸੀਂ ਉਹਨਾਂ ਨਾਲ ਖੜੇ ਰਹਾਂਗੇ। ਨੌਜਵਾਨ ਬੱਚੇ ਜਿੱਦਾਂ ਇੰਡੀਆ ਦੇ ਵਿੱਚ ਵੀ, ਇੱਥੇ ਵੀ ਅੱਜ ਕੱਲ੍ਹ ਬਹੁਤ ਨੌਜਵਾਨ ਬੱਚੇ ਜਿੱਦਾਂ ਨਸ਼ਿਆਂ 'ਚ ਪਏ ਹੋਏ ਆ। ਖੁਦਾਵੰਦ ਕੇ ਅਜ਼ੀਮ ਔਰ ਜਲਾਲੀ ਨਾਮ ਨੇ ਜੈ ਮਸੀਹ ਕੀ। ਔਰ ਜੀ ਆਇਆਂ ਨੂੰ, ਮੇਰਾ ਨਾਮ ਹੈ danny-choranji ਔਰ ਇਹ ਪ੍ਰੋਗਰਾਮ ਹੈ ਏਸ਼ੀਅਨ ਇਸ਼ੂਜ਼। ਅੱਜ ਦੇ ਪ੍ਰੋਗਰਾਮ ਵਿੱਚ ਸਾਡੀ ਗੈਸਟ ਹੈਗੀ ਲੱਕੀ ਔਰ ਕੈਥੀ ਫਰੋਮ ਆਕਸਫਰਡ ਯੰਗ ਸਟੈਪਸ। ਨੌਜਵਾਨਾਂ ਵਿੱਚ ਇੰਡੀਆ ਔਰ UK ਕਮਿਊਨਿਟੀ ਦਾ ਕੰਮ ਕਰਦੇ ਹੈਗੇ ਆ, ਐਂਡ ਹੁਣ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਾਉਂਦੇ ਹੈਗੇ। ਬਹੁਤ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਸਾਡੇ ਨਾਲ ਆ ਗਏ ਹੈਗੇ ਆ। ਔਰ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਸਾਨੂੰ ਦੱਸੋ ਕਿ ਤੁਹਾਡੀ ਸ਼ੁਰੂਆਤ, ਤੁਹਾਡਾ ਬਚਪਨ ਕਿਸ ਤਰ੍ਹਾਂ ਦੀਆਂ ਯਾਦਾਂ, ਕਿੱਥੇ ਕਿੱਥੇ ਕੀ ਹੋਇਆ। Come on, Cathy, we'll start with Cathy. ਮੇਰੀਆਂ ਤਾਂ ਬਚਪਨ ਦੀਆਂ ਯਾਦਾਂ ਆਰ ਅਮੇਜ਼ਿੰਗ, ਬਿਊਟੀਫੁਲ ਯਾਦਾਂ, ਕਿਉਂਕਿ ਮੇਰਾ ਸ਼ੁਰੂ ਤੋਂ ਜੰਪਲ ਕ੍ਰਿਸਚਨ ਫੈਮਿਲੀ 'ਚ ਆ। ਮੇਰੇ ਦਾਦਾ ਜੀ ਜਿਹੜੇ ਸੀ, ਦਾਦਾ ਦਾਦੀ ਜੀ, ਦੇ ਬਹੁਤ ਚੰਗੇ ਪ੍ਰਭੂ ਨੂੰ ਮੰਨਣ ਵਾਲੇ ਸੀਗੇ। ਐਂਡ ਮੈਨੂੰ ਯਾਦ ਹੈ ਕਿ ਮੇਰੇ ਦਾਦਾ ਜੀ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ, ਉਹ ਜ਼ਬੂਰ ਨਹੀਂ ਆ, ਦ ਲੋਰਡ ਇਜ਼ ਮਾਈ ਸ਼ੈਪਰਡ, ਖੁਦਾਵੰਦ ਮੇਰਾ ਚੁਪਾਨ ਹੈ, ਉਹਨਾਂ ਨੇ ਸਾਰੇ ਬੱਚਿਆਂ ਨੂੰ ਸਿਖਾਇਆ ਸੀ ਸ਼ੁਰੂ ਤੋਂ ਕਿ ਜ਼ਰੂਰ ਤੁਸੀਂ ਬੋਲਿਆ ਕਰਨਾ। ਅਸੀਂ, ਸਾਨੂੰ ਇੱਦਾਂ ਦੀ ਯਾਦ ਸੀ, ਅਸੀਂ ਸਕੂਲ 'ਚ ਵੀ ਜਾਣਾ, ਅਸੀਂ ਇਹ ਜ਼ਬੂਰ ਜ਼ਰੂਰ ਬੋਲਣਾ। ਔਰ ਮੈਨੂੰ ਪ੍ਰਭੂ ਨੇ ਸ਼ੁਰੂ ਤੋਂ ਬਚਪਨ ਤੋਂ ਇੱਦਾਂ ਦਾ ਦਿਲ ਦਿੱਤਾ ਹੈ ਕਿ ਆਈ ਲਵਡ ਸਰਵਿੰਗ। ਕਿ ਮੈਨੂੰ ਯਾਦ ਆ ਕਿ ਸੰਡੇ ਸਕੂਲ ਦੇ ਦਿਨਾਂ ਦੇ ਵਿੱਚ ਵੀ ਮੇਰੇ ਪਾਪਾ ਨੇ ਚਰਚ ਦੇ ਦਿਨਾਂ 'ਚ ਵੀ, ਮਾਈ ਡੈਡ, ਉਹਨਾਂ ਨੇ ਕਲੀਸੀਆ ਨੂੰ ਚੱਕਣ ਜਾਣਾ, ਔਰ ਮੈਂ ਚਰਚ ਦੇ ਵੈਨ ਦੇ ਪਿੱਛੇ ਬੈਠ ਕੇ ਜਾਣਾ, ਜਿੰਨੇ ਵੀ ਬਜ਼ੁਰਗ ਸੀਗੇ ਮੈਂ ਵੈਨ ਖੋਲ੍ਹਣੀ, ਉਹਨਾਂ ਨੂੰ ਬਿਠਾਲਣਾ। ਔਰ ਮੈਨੂੰ ਬਹੁਤ ਚੰਗਾ ਲੱਗਦਾ ਸੀ ਬਜ਼ੁਰਗਾਂ ਦੀ ਸੇਵਾ ਕਰਨੀ, ਕਲੀਸੀਆ ਦੇ ਵਿੱਚ ਕੰਮ ਕਰਨਾ। ਐਂਡ ਮੇਰੀਆਂ ਯਾਦਾਂ ਬਚਪਨ ਦੀਆਂ, ਆਈ ਸਟਿਲ ਰਿਮੈਂਬਰ ਦਮ, ਐਂਡ ਆਮ ਵੈਰੀ ਬਲੈਸਡ ਟੂ ਹੈਵ ਦਿਸ ਯਾਦਾਂ ਵਿਦ ਮੀ। ਔਰ ਉਹ ਯਾਦਾਂ ਦੇ ਨਾਲ, ਉਹ ਬਰਕਤਾਂ ਦੇ ਨਾਲ, ਅੱਜ ਪ੍ਰਭੂ ਨੇ ਸਾਨੂੰ ਬਹੁਤ ਬਰਕਤ ਦਿੱਤੀ ਹੈ। ਬਹੁਤ ਅੱਛਾ। ਔਰ ਤੁਸੀਂ ਲੱਕੀ ਸਾਹਿਬ? ਵੈਲ, ਮੇਰਾ ਜਨਮ ਤਾਂ ਇੰਡੀਆ 'ਚ, ਕੈਥੀ ਦਾ ਜਨਮ ਆਕਸਫੋਰਡ ਦੇ ਵਿੱਚ ਹੋਇਆ ਸੀਗਾ, ਅਤੇ ਪਰ ਮੇਰਾ ਜਨਮ ਇੰਡੀਆ ਦੇ ਵਿੱਚ ਹੋਇਆ ਸੀ, ਪੰਜਾਬ, ਜਲੰਧਰ, ਛੋਟਾ ਜਿਹਾ ਪਿੰਡ ਆ ਗਾਂਧਰਾ। ਅਤੇ ਜੋ ਅੱਜ ਤੋਂ 40 ਸਾਲ ਪਹਿਲਾਂ ਹੁੰਦਾ ਸੀ ਪਿੰਡਾਂ ਦੇ ਵਿੱਚ, ਰਾਈਟ, TV ਨਹੀਂ ਸੀ ਹੁੰਦੇ ਉਦੋਂ ਪਿੰਡਾਂ ਦੇ ਵਿੱਚ, ਅਤੇ ਸਾਡਾ ਇੱਦਾਂ ਹੀ ਹੁੰਦਾ ਸੀ, ਮੋਸਟ ਆਫ ਦਾ ਟਾਈਮ ਸਪੈਂਡ ਹੁੰਦਾ ਸੀ ਖੇਡਾਂ ਖੇਡਣੀਆਂ। ਅਤੇ ਜਦੋਂ ਕਿਤੇ ਮੌਕਾ ਮਿਲਣਾ, ਕਿਸੇ ਰੱਬ ਦੇ ਦਾਸ ਨੇ ਆ ਜਾਣਾ ਪਿੰਡ ਦੇ ਵਿੱਚ, ਜਾਂ ਹਰ ਸੰਡੇ ਦਾ ਆਉਂਦੇ ਹੁੰਦੇ ਹੁੰਦੇ ਸੀ, ਕਿਉਂਕਿ ਸਾਡੇ ਪਿੰਡ ਇੱਕ ਛੋਟਾ ਜਿਹਾ ਚਰਚ ਸੀਗਾ, CNI ਦਾ, ਚਰਚ ਆਫ ਨੌਰਥ ਇੰਡੀਆ ਚਰਚ, ਅਤੇ ਉੱਥੇ ਹਰ ਐਤਵਾਰ ਨੂੰ ਜ਼ਰੂਰ ਪਾਸਟਰ ਆਉਂਦੇ ਹੁੰਦੇ ਸੀ, ਉਹਨਾਂ ਨੇ ਵਿਜ਼ਿਟ ਕਰਨੀ, ਅਤੇ ਸਾਨੂੰ ਬੜਾ ਚਾਅ ਹੁੰਦਾ ਸੀ, ਅਸੀਂ ਇਕੱਠੇ ਹੋ ਕੇ ਢੋਲਕੀਆਂ ਛੇਣੇ ਚੱਕ ਕੇ, ਅਤੇ ਅਸੀਂ ਰੱਬ ਦੀ ਵਡਿਆਈ ਮਹਿਮਾ ਕਰਨੀ, ਅਤੇ ਜਾਂ ਜਦੋਂ ਉਦੋਂ ਵੀ ਮੌਕਾ ਮਿਲਣਾ ਜਿੱਥੇ ਵੀ ਰੱਬ ਦਾ ਨਾਂ ਲੈਣ ਦਾ। ਪਰ ਉਦੋਂ ਇੰਨਾ ਨਹੀਂ ਸੀਗਾ, ਜਿੰਨਾ ਕੁ ਸਾਨੂੰ ਸਿਖਾਇਆ ਜਾਂਦਾ ਸੀਗਾ ਉਨਾ ਕੁ ਸਿੱਖਦੇ ਸੀਗੇ। ਹਾਂਜੀ, ਤੁਸੀਂ ਦੋਨਾਂ ਨੇ ਬੜਾ, ਜਿੱਦਾਂ ਕਹਿੰਦੇ, ਸ਼ੁਰੂਆਤ ਦੇ ਵਿੱਚ ਆਪਣੇ ਬਚਪਨ ਦੇ ਵਿੱਚ ਤੁਸੀਂ ਆਪਣੀ ਚਰਚ ਕਮਿਊਨਿਟੀ ਨਾਲ ਕਾਫੀ ਜੋੜ ਰੱਖਿਆ, ਵੈਨ ਦੇ ਵਿੱਚ ਔਰ ਚਰਚ ਦੇ ਵਿੱਚ, ਜਿੱਦਾਂ CNI ਤੋਂ ਤੁਸੀਂ ਮੈਂਸ਼ਨ ਕੀਤਾ ਹੈਗਾ। ਹਾਂ, ਇੰਪੋਰਟੈਂਟ, ਕਿੰਨਾ ਇੰਪੋਰਟੈਂਟ ਹੈਗਾ ਕਿ ਤੁਹਾਡੇ ਬਚਪਨ ਜਿਹੜਾ ਹੈਗਾ ਆ, ਕਿ ਉਹ ਆਪਾਂ ਕਲੀਸੀਆ ਜਾਂ ਚਰਚ ਦੇ ਵਿੱਚ ਆਪਾਂ ਰਹਿਣਾ। ਆਈ ਥਿੰਕ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਿਕੋਜ਼ ਉਹ ਵੈਲਿਊ ਅਸੀਂ ਜਦੋਂ ਕਹਿੰਦੇ ਹਾਂ ਨਾ, ਬੱਚੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਫੋਨ ਦੇ ਉੱਤੇ ਵੀ, ਉਹ ਛੋਟਾ ਜਿਹਾ ਬੱਚਾ 2 ਸਾਲਾਂ ਦੀ ਐਪ ਖੋਲ੍ਹ ਲੈਂਦਾ, ਫੋਟੋ ਕੱਢ ਲੈਂਦਾ ਆਪਾਂ ਹੀ, ਯੂ ਨੋ, ਚਿਲਡਰਨ, ਬੱਚਿਆਂ ਦਾ ਜਿਹੜਾ ਮਾਇੰਡ ਆ ਉਹ ਬੜਾ ਵਿਕਾਸਿਤ ਹੋ ਚੁੱਕਿਆ। ਅਤੇ ਜਿੰਨੀ ਬਚਪਨ ਦੇ ਵਿੱਚ ਜਿੰਨੀ ਛੇਤੀ ਆਪਾਂ ਉਹਨਾਂ ਨੂੰ ਪ੍ਰਭੂ ਦੀਆਂ ਗੱਲਾਂ ਦੱਸਾਂਗੇ, ਆਪਾਂ ਸੋਚਦੇ ਹਾਂ ਵੀ ਉਹਨਾਂ ਨੂੰ ਪਤਾ ਨਹੀਂ ਲੱਗਦੀਆਂ, ਪਰ ਜੇ ਉਹਨਾਂ ਨੂੰ ਐਪਸ ਅੰਡਰਸਟੈਂਡ ਹੁੰਦੇ ਆ, ਤਾਂ ਵਰਡ ਆਫ ਗੋਡ ਵੀ ਅੰਡਰਸਟੈਂਡ ਆਊਗਾ। ਅਤੇ ਜਿੰਨੀ ਬਚਪਨ ਜਿੰਨੀ ਛੇਤੀ ਉਹਨਾਂ ਨੂੰ ਦੱਸਾਂਗੇ ਨਾ, ਉਨਾ ਹੀ ਉਹਨਾਂ ਲਈ ਵਧੀਆ ਹੋਵੇਗਾ, ਉਨੇ ਉਹ ਮਜ਼ਬੂਤ ਹੋਣਗੇ, ਉਨੇ ਉਹ ਸਟਰੋਂਗਰ ਹੋਣਗੇ। ਬਹੁਤ ਅੱਛਾ, ਵੈਰੀ ਗੁੱਡ। ਤਾਂ ਤੁਹਾਡਾ ਬਚਪਨ ਦੇ ਵਿੱਚ ਓਬਵੀਅਸਲੀ ਮਾਂ ਬਾਪ ਦਾ ਕਿੰਨਾ ਇੰਪੋਰਟੈਂਟ ਪਾਰਟ ਹੈਗਾ, ਹੁਣ ਤਾਂ ਤੁਸੀਂ ਵੀ ਆਪ ਮਾਂ ਬਾਪ ਬਣੇ ਹੋਏ ਹੈਗੇ ਆ, ਪਰ ਵਟ ਫੈਮਿਲੀ ਵੈਲਿਊਜ਼, ਜਿੱਦਾਂ ਕਹਿੰਦੇ ਹੁੰਦੇ ਕਿ ਤੁਸੀਂ ਆਪਣੇ ਮਾਂ ਬਾਪ ਤੋਂ ਇੰਡੀਵਿਜੁਅਲੀ ਤੁਸੀਂ ਸਿੱਖੇ? ਮੈਂ ਆਪਣੇ ਮਾਂ ਬਾਪ ਤੋਂ ਬਹੁਤ ਕੁਛ ਸਿੱਖਿਆ, ਬਿਕੋਜ਼ ਮਾਂ ਇੱਕ ਜਿਹੜੀ ਮਾਂ ਆ ਜਾਂ ਬਾਪ ਆ, ਦੇ ਆਰ ਅ ਵੈਰੀ ਬਿਗ ਰੋਲ ਇਨ ਯੋਰ ਲਾਈਫ। ਇਹ ਬਹੁਤ
ਜਿੱਦਾਂ ਇੰਪੋਰਟੈਂਟ ਆ ਤੁਹਾਡੀ ਲਾਈਫ ਦੇ ਵਿੱਚ, ਮਾਂ ਬਾਪ 'ਤੇ ਬਹੁਤ ਡਿਪੈਂਡ ਕਰਦਾ ਆਪਣੇ ਬੱਚਿਆਂ ਨੂੰ ਕੀ ਸਿਖਾ ਦੇ। ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਆਪਣੇ ਪਾਪਾ ਡੈਡੀ ਦੇ ਨਾਲ ਬਹੁਤ ਚਰਚਾ ਦੇ ਵਿੱਚ ਹਿੱਸਾ ਲਿਆ, ਹਰ ਇੱਕ ਦੀ ਮਦਦ ਕੀਤੀ। ਉਹ ਮੇਰੀ ਮੰਮੀ ਰੋਜ਼ ਸਾਨੂੰ ਬੈਠ ਕੇ ਰਾਤ ਨੂੰ ਉਹਨੇ ਜਦੋਂ ਵੀ ਬੈੱਡ ਟਾਈਮ ਹੋਣਾ ਜਾਂ ਮੋਰਨਿੰਗ ਹੋਣਾ ਸਾਨੂੰ ਬੈਠਣਾ, ਬਾਈਬਲ ਪੜ੍ਹਾਉਣੀ, ਦੁਆ ਕਰਾਉਣੀ। ਸੋ ਬਚਪਨ ਦੀਆਂ ਆਦਤਾਂ ਬਣੀਆਂ ਹੋਈਆਂ ਸੀ ਅਤੇ ਗਾਂਹ ਉੱਦਾਂ ਹੀ ਹੁਣ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਸਿਖਾਈਆਂ। ਅਸੀਂ ਉਹ ਮਾਂ ਬਾਪ 'ਚੋਂ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕਦੀ ਵੀ ਨਹੀਂ ਇਹ ਕਿਹਾ ਕਿ ਤੁਸੀਂ ਆਹ ਬਣੋ ਜ਼ਿੰਦਗੀ ਜਾਂ ਤੁਸੀਂ ਆਹ ਬਣੋ। ਹਮੇਸ਼ਾ ਉਹਨਾਂ ਨੂੰ ਇਹੀ ਸਿਖਾਇਆ ਆ ਕਿ ਤੁਸੀਂ ਪਹਿਲਾ ਦਰਜਾ ਪ੍ਰਭੂ ਯਸ਼ੂ ਮਸੀਹ ਨੂੰ ਦਿਓ, ਬਾਕੀ ਚੀਜ਼ਾਂ ਖੁਦ ਬਖੁਦ ਤੁਹਾਨੂੰ ਮਿਲ ਜਾਣੀਆਂ। ਪ੍ਰਭੂ ਨੇ ਬੜੀਆਂ ਬਰਕਤਾਂ ਦਿੱਤੀਆਂ। ਬਿਊਟੀਫੁਲ। ਤਾਂ ਤੁਹਾਡੀ ਜ਼ਿੰਦਗੀ ਕਦੋਂ ਤਬਦੀਲ ਹੋਈ, ਕਦੋਂ ਤੁਸੀਂ ਕਹਿ ਸਕਦੇ ਕਿ ਖੁਦਾਵੰਦ ਯਸ਼ੂ ਮਸੀਹ ਦੇ ਵਿੱਚ ਤੁਸੀਂ ਵੀ ਇੱਕ ਤਰ੍ਹਾਂ ਬੋਰਨ ਅਗੇਨ ਹੋ ਗਏ, ਨਵਾਂ ਜੀਵਨ ਕਦੋਂ ਪਾਇਆ? ਵੈਲ, ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਜਰਬਾ, ਖੁਦਾ ਨੇ ਸਾਨੂੰ ਯੂਥ ਵਰਕ ਲਈ ਸੱਦਿਆ ਹੋਇਆ ਸੀਗਾ 2002 ਤੋਂ। ਅਸੀਂ ਕੰਮ ਕਰ ਰਹੇ ਸੀ ਪ੍ਰਭੂ ਦਾ, ਅਤੇ ਜਿੱਦਾਂ ਆਪਾਂ ਪੇਰੈਂਟਸ ਦੀ ਵੈਲਿਊ ਦੀ ਗੱਲ ਕਰ ਰਹੇ ਹਾਂ, ਮੇਰੇ ਫਾਦਰ CNA ਚਰਚ ਦੇ ਵਿੱਚ ਐਲਡਰ ਸੀਗੇ ਅਤੇ ਮੇਰੀ ਮੰਮੀ ਵੈਰੀ ਸਟਰੋਂਗ ਕੈਥੋਲਿਕ ਸੀਗੀ, ਪਿੰਡ ਸੰਸਾਰਪੁਰ ਤੋਂ ਹੋਣ ਦਾ ਕਰਕੇ ਉੱਥੇ ਬੜਾ ਕੈਥੋਲਿਕ ਸਟਰੋਂਗ ਸੀਗੇ। ਅਤੇ ਮੈਂ ਦੋਨੇ ਮਿਸ਼ਨਾਂ ਨਾਲ ਬੜਾ ਕੰਮ ਕੀਤਾ ਅਤੇ ਮੈਨੂੰ ਇਹ ਦੱਸਿਆ ਜਾਂਦਾ ਸੀ ਕਿ ਮੈਂ ਵੀ ਬਚਪਨ 'ਚ ਲਿਆ ਹੋਇਆ ਬਪਤਿਸਮਾ, ਰਾਈਟ। ਪਰ ਫਿਰ ਅਸੀਂ ਯੂਥ ਵਰਕ ਜਦੋਂ ਕਰਦੇ ਹੁੰਦੇ ਸੀ, ਇੱਕ ਸਮਾਂ ਆਇਆ ਇੱਕ 2007 ਦੇ ਵਿੱਚ, ਅਸੀਂ ਦਾ ਵੋਇਸ ਏਸ਼ੀਆ ਆਫਿਸ ਆਏ ਸੀਗੇ ਅਤੇ ਉੱਥੇ ਸਾਨੂੰ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਅਸੀਂ ਆਫਿਸ ਵਿੱਚ ਬੈਠੇ ਸੀ ਅਤੇ ਤੁਸੀਂ ਮੈਨੂੰ ਅਤੇ ਕੈਥੀ ਨੂੰ ਦੱਸਿਆ ਵੀ ਨੈਕਸਟ ਵੀਕਐਂਡ ਬਪਤਿਸਮੇ ਹੋ ਰਿਹਾ, ਲੱਕੀ ਤੇਰਾ ਬਪਤਿਸਮਾ ਹੋਇਆ। ਅਤੇ ਮੈਂ ਚੁੱਪ ਸੀਗਾ ਉਦੋਂ, ਅਤੇ ਮੈਂ ਚੁੱਪ ਕਰਕੇ ਬਹਿ ਗਿਆ ਅਤੇ ਕੈਥੀ ਨੇ ਫਟਾਫਟ ਤੁਹਾਨੂੰ ਦੱਸਿਆ ਵੀ ਇਹ ਜੀ ਇਹ ਮੰਨਦਾ ਵੀ ਇਹਦਾ ਬਚਪਨ 'ਚ ਬਪਤਿਸਮਾ ਹੋਇਆ ਹੋਇਆ। ਆਲਦੋ ਕੈਥੀ ਹੈ ਮੈਨੂੰ ਦੱਸਦੀ ਆਈ ਸੀ ਪਿਛਲੇ 7-8 ਸਾਲ ਤੋਂ ਵੀ ਬਪਤਿਸਮਾ ਇਜ਼ ਵੈਰੀ ਇੰਪੋਰਟੈਂਟ, ਆਈ ਨਹੀਂ, ਮੈਨੂੰ ਵੀ ਪਤਾ ਸੀਗਾ, ਪਰ ਮੈਂ ਆਪਣੇ ਉਹਦੇ ਵਿੱਚ ਮਜ਼ਬੂਤ ਸੀ ਵੀ ਨਹੀਂ ਜੀ ਮੇਰਾ ਤਾਂ ਬਪਤਿਸਮਾ ਹੋਇਆ ਯੂਨੋ ਬਚਪਨ 'ਚ ਹੀ ਹੋਇਆ ਹੋਇਆ। ਅਤੇ ਪਰ ਉਦੋਂ ਤੁਸੀਂ ਮੈਨੂੰ ਦੱਸਿਆ, ਪਾਸਟਰ ਪੀਟਰ ਜੈਂਕਿੰਸ ਉੱਥੇ ਸੀਗੇ ਅਤੇ ਇੰਸਟੈਂਟਲੀ ਉਦੋਂ ਪ੍ਰਭੂ ਨੇ ਮਨ ਦੇ ਵਿੱਚ ਪਾਇਆ ਅਤੇ ਮੈਂ ਫੈਸਲਾ ਲਿਆ ਬਪਤਿਸਮਾ ਲੈਣ ਦਾ। ਐਂਡ ਆਈ ਵਾਜ਼ ਬਲੈਸਡ ਵੀ ਮੇਰਾ ਬੈਪਟਿਜ਼ਮ ਪਾਸ ਜੈਂਕਿੰਸ ਤੋਂ ਤੁਸੀਂ ਕੀਤਾ। ਉਦੋਂ ਆਈ ਫੈਲਟ ਮੇਰੀ ਜ਼ਿੰਦਗੀ ਉਦੋਂ ਬਦਲੀ, ਐਂਡ ਆਈ ਫੈਲਟ ਦ ਪਾਵਰ ਆਫ ਦਾ ਹੋਲੀ ਸਪਿਰਿਟ, ਪਵਿੱਤਰ ਆਤਮਾ ਦਾ ਅਭਿਸ਼ੇਕ ਆਇਆ। ਔਰ ਉਹ ਮੈਨੂੰ ਬੜਾ ਉਹ ਦਿਨ ਯਾਦ ਆ ਚੰਗੇ ਤਰੀਕੇ ਦੇ ਨਾਲ। ਸ਼ਾਮ ਦੀ ਸਰਵਿਸ ਸੀ ਔਰ ਬਹੁਤ ਸਾਰੇ ਲੋਕ ਇਕੱਠੇ ਆਕਸਫੋਰਡ ਤੋਂ ਵੀ ਆਏ ਹੋਏ ਸੀ, ਬਹੁਤ ਸਾਰੇ ਮੇਰੇ ਫਰੈਂਡ ਦਾਸ ਦਾਸੀਆਂ ਇਕੱਠੇ ਹੋਏ ਸੀ, ਐਂਡ ਆਈ ਵਾਜ਼ ਅ ਚੇਂਜਡ ਮੈਨ। ਉਹ ਮੇਰੀ ਲਾਈਫ ਉਦੋਂ ਬਦਲੀ। ਪ੍ਰੇਜ਼ ਗੋਡ। ਯੈਸ ਕੈਥਰੀਨ, ਮਾਈ ਲਾਈਫ ਚੇਂਜ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਸ਼ੁਰੂ ਤੋਂ ਮੈਂ ਬਚਪਨ ਤੋਂ ਹੀ ਪ੍ਰਭੂ ਦੇ ਕੰਮਾਂ 'ਚ ਹਿੱਸਾ ਲਿਆ। ਬਟ ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਚਰਚ ਜਾਣਾ, ਵਚਨ ਪੜ੍ਹਨਾ, ਗੀਤ ਗਾਉਣੇ, ਯੂ ਨੋ ਦੈਟ ਡਜ਼ਨਟ ਮੀਨ ਵੀ ਆਰ ਚਿਲਡਰਨ ਆਫ ਗੋਡ, ਜਿੰਨਾ ਚਿਕਰ ਆਪਣਾ ਉਹਦੇ ਨਾਲ ਰਿਸ਼ਤਾ ਨਹੀਂ ਬਣਦਾ। ਮੈਂ ਵੀ ਆਮ ਲੋਕਾਂ ਵਾਂਗੂ ਜਾਣੀ ਸੀ ਚਰਚ, ਵਚਨ ਪੜ੍ਹਨਾ, ਸਾਰਾ ਕੁਛ ਕਰਨਾ, ਪਰ ਮੇਰਾ ਪ੍ਰਭੂ ਦੇ ਨਾਲ ਉਹ ਰਿਸ਼ਤਾ ਨਹੀਂ ਸੀਗਾ। ਮੇਰੀ ਜ਼ਿੰਦਗੀ ਉਦੋਂ ਬਦਲੀ ਜਦੋਂ ਮੇਰਾ ਮੈਨੀ ਬਹੁਤ ਜਣਿਆਂ ਨੂੰ ਸਾਡੇ ਦਰਸ਼ਨ ਬਾਰੇ ਪਤਾ ਆ ਕਿ ਅਸੀਂ ਇੰਡੀਆ 'ਚ ਕਿਉਂ ਅੱਜ ਸੇਵਾ ਕਰ ਰਹੇ ਹਾਂ ਅਤੇ ਕਿੱਦਾਂ ਪ੍ਰਭੂ ਨੇ ਦਰਸ਼ਨ ਦਿੱਤਾ। ਜਦੋਂ ਮੇਰਾ ਛੋਟਾ ਬੇਟਾ ਇੰਡੀਆ ਦੇ ਵਿੱਚ ਜ਼ਿਆਦਾ ਬਿਮਾਰ ਹੋ ਗਿਆ ਸੀਗਾ, ਔਰ ਜਿੱਦਾਂ ਪੈਸਿਆਂ ਦਾ ਕਰਕੇ ਅਸੀਂ ਉਹਦਾ ਇਲਾਜ ਕਰ ਪਾਏ, ਪਰ ਸਾਡੇ ਅੱਖਾਂ ਦੇ ਸਾਹਮਣੇ ਗਰੀਬ ਬੱਚੇ ਕਈ ਮਰੇ ਉੱਥੇ, ਇੱਕ ਬੇਟਾ ਮਰ ਗਿਆ ਉੱਥੇ, ਉਹਦੇ ਕੋਲ ਉਹਨਾਂ ਦੀ ਫੈਮਿਲੀ ਕੋਲ ਇਲਾਜ ਨਹੀਂ ਕਰ ਹੋਇਆ। ਔਰ ਜਦੋਂ ਪ੍ਰਭੂ ਜਦੋਂ ਅਸੀਂ ਵਾਪਸ ਆਏ ਇੰਡੀਆ ਤੋਂ, ਫਿਰ ਪ੍ਰਭੂ ਨੇ ਸਾਨੂੰ ਆਵਾਜ਼ ਦਿੱਤੀ ਕਿ ਮੇਰੇ ਬੱਚੋ ਉੱਠੋ ਔਰ ਪਿੰਡ ਗਾਂਧਰਾ ਜਾ ਕੇ ਮੇਰੇ ਲਈ ਆਸ਼ਰਮ ਤੋਂ ਹੋਸਪਿਟਲ ਬਣਾਓ। ਉਦੋਂ ਮੇਰੀ ਜ਼ਿੰਦਗੀ ਬਦਲੀ। ਸੋ ਜਿਹੜਾ ਮੇਰਾ ਬੇਟਾ ਆ ਜੋਰਡਨ, ਜੋ ਇਸ ਵੇਲੇ ਅਮੈਰੀਕਾ ਵਿੱਚ ਸਟੱਡੀ ਕਰ ਰਿਹਾ ਆ, ਉਹ ਹੀ ਹੈਜ਼ ਅ ਵੈਰੀ ਬਿਗ ਪਾਰਟ ਇਨ ਆਰ ਲਾਈਫ। ਉਹਦੀ ਜ਼ਿੰਦਗੀ ਦੇ ਵਿੱਚ ਕਈ ਇੱਦਾਂ ਦੇ ਕੰਮ ਹੋਏ ਆ ਜਿਹਦੇ ਨਾਲ ਮੈਂ ਪ੍ਰਭੂ ਦੇ ਜ਼ਿਆਦਾ ਨਜ਼ਦੀਕ ਆਈ ਆ ਔਰ ਮੇਰਾ ਵਿਸ਼ਵਾਸ ਜ਼ਿਆਦਾ ਬਣਿਆ ਔਰ ਮੇਰੀ ਜ਼ਿੰਦਗੀ ਬਦਲੀ ਆ। ਪ੍ਰੇਜ਼ ਗੋਡ। ਸੋ ਇਸ ਵੇਲੇ ਤੁਸੀਂ ਹੁਣ ਘੁੰਮਦੇ ਫਿਰਦੇ ਆਏ ਹੈਗੇ ਆ, ਤੁਸੀਂ ਛੋਟੇ ਨੂੰ ਛੱਡ ਕੇ ਆਏ ਹੈਗੇ ਆ, ਤਾਂ ਲਾਈਫ ਦੇ ਮੋੜ ਜਿਹੜੇ ਹੈਗੇ ਆ, ਜਿੱਦਾਂ ਤੁਸੀਂ ਦੱਸਦੇ ਵੀ ਬੜੇ ਕੇਅਰੀ ਬੜੇ ਖਤਰਨਾਕ ਦੇ ਮੋੜ 'ਤੇ ਆ ਕੇ ਜ਼ਿੰਦਗੀ ਖੜੀ ਹੋ ਜਾਂਦੀ ਹੈਗੀ ਆ, ਤਾਂ ਉਹਦੇ ਵਿੱਚ ਲਾਈਫ ਚੇਂਜਿੰਗ ਡਿਸੀਜਨਸ ਵੀ ਬਣਾਉਣੇ ਪੈਂਦੇ ਹੈਗੇ ਆ, ਤਾਂ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਹੈਗੇ ਆ? ਜਾਣੀ ਕਿ ਅੱਜ ਕੱਲ੍ਹ ਹੋਣ ਜਾਂ ਨਾ, ਵੈਲ ਅਸੀਂ ਜਿੱਦਾਂ ਛੋਟੇ ਨੂੰ ਛੱਡ ਕੇ ਆਏ ਹਾਂ ਅਤੇ ਅਸੀਂ ਸਾਨੂੰ ਕੈਲੀਫੋਰਨੀਆ ਸਾਨੂੰ ਨੀਅਰਲੀ 6-7 ਹਫ਼ਤੇ ਲੱਗ ਗਏ ਸੀਗੇ
ਅਤੇ ਉੱਥੇ ਵੀ ਐਕਚੁਲੀ ਜਿੱਥੇ ਵੀ ਰੱਬ ਲੈ ਕੇ ਜਾਂਦਾ ਆ ਭਾਵੇਂ ਅਸੀਂ ਆਪਣੇ ਪਰਸਨਲ ਕੰਮ ਲਈ ਜਾਂਦੇ ਹਾਂ ਪਰ ਪ੍ਰਭੂ ਇੱਦਾਂ ਦਾ ਮਹਾਨ ਹੈ ਕਿ ਉਹ ਆਪਣੇ ਕੰਮਾਂ ਲਈ ਇਸਤੇਮਾਲ ਕਰਦਾ ਹੀ ਕਰਦਾ ਹਰ ਜਗ੍ਹਾ ਲਈ ਜਿੱਥੇ ਵੀ ਚੱਲ ਜਾਈਏ ਦੈਨ ਵੀ ਕੇਮ ਥਰੂ ਕੈਨੇਡਾ ਉੱਥੇ ਵੈਂਕੂਵਰ ਐਡਮਿੰਟਨ ਔਰ ਟੋਰੋਂਟੋ ਜਾਣ ਦਾ ਮੌਕਾ ਮਿਲਿਆ ਉੱਥੋਂ ਅਸੀਂ ਹੁਣ ਇੱਥੇ ਆਏ ਹਾਂ ਅਤੇ ਇੱਥੇ ਵੀ ਪ੍ਰਭੂ ਇਸਤੇਮਾਲ ਕਰ ਰਿਹਾ ਆ ਅਤੇ ਮੇਨ ਸਾਡਾ ਫੋਕਸ ਫਿਰ ਉਹੀ ਹੈ ਜਿਹਦੇ ਲਈ ਸਾਨੂੰ ਪ੍ਰਭੂ ਨੇ ਚੁਣਿਆ ਆ ਯੂਥ ਐਂਡ ਕਮਿਊਨਿਟੀ ਵਰਕ ਜਿਸ ਤਰ੍ਹਾਂ ਅੱਜ ਤੁਸੀਂ ਗੱਲ ਕਰ ਰਹੇ ਵੀ ਏਸ਼ੀਅਨ ਇਸ਼ੂਜ਼ ਦੇਰ ਆਰ ਮੈਨੀ ਬਹੁਤ ਸਾਰੇ ਇੱਦਾਂ ਦੀਆਂ ਗੱਲਾਂ ਹਾਲੇ ਵੀ ਆ ਜਵਾਨਾਂ ਦੇ ਵਿੱਚ ਕੰਮ ਕਰਨਾ ਔਰ ਕਮਿਊਨਿਟੀਜ਼ ਨੂੰ ਇਕੱਠਿਆਂ ਰੱਖਣਾ ਅਤੇ ਸਾਡਾ ਹਮੇਸ਼ਾ ਇਹੀ ਉਪਰਾਲਾ ਰਹਿੰਦਾ ਆ ਕਿ ਅਸੀਂ ਕੀ ਕਰ ਸਕਦੇ ਹਾਂ ਪ੍ਰਭੂ ਨੇ ਸਾਨੂੰ ਜਿੱਦਾਂ ਬੋਝ ਦਿੱਤਾ ਆ ਖਾਸ ਕਰਕੇ ਫੋਰ ਦੀ ਯੂਥ ਨੌਜਵਾਨ ਬੱਚੇ ਜਿੱਦਾਂ ਇੰਡੀਆ ਦੇ ਵਿੱਚ ਵੀ ਇੱਥੇ ਵੀ ਅੱਜ ਕੱਲ੍ਹ ਬਹੁਤ ਨੌਜਵਾਨ ਬੱਚੇ ਜਿੱਦਾਂ ਨਸ਼ਿਆਂ 'ਚ ਪਏ ਹੋਏ ਆ ਵੀ ਹੈਵ ਅ ਪੈਸ਼ਨ ਐਂਡ ਅ ਬਰਡਨ ਫੋਰ ਦੈਮ ਅਸੀਂ ਕੈਨੇਡਾ ਵੀ ਗਏ ਅਮੈਰੀਕਾ ਵੀ ਗਏ ਉੱਥੇ ਵੀ ਦੇਖ ਕੇ ਆਪਣੇ ਪਿੰਡ ਦੇ ਹੀ ਬੱਚੇ ਇੰਡੀਆ ਦੇ ਹੀ ਕੈਨੇਡਾ ਸਟੂਡੈਂਟ ਬਣ ਕੇ ਗਏ ਹੋਏ ਆ ਐਂਡ ਕਈ ਬੱਚੇ ਨਸ਼ਿਆਂ ਦੇ ਵਿੱਚ ਆ ਕਈ ਇੱਥੇ ਆ ਕਈ ਇੰਡੀਆ 'ਚ ਆ So, you know, this is the burden God has given us. And mainly, apne youth ko direction dene wala hai nahi koi. No direction, you know. So, that is what we need to more pray about. What kind of advice tusi kiddan di dinne hage ke bacche apne hi sambhal hunde ਤੁਹਾਨੂੰ ਪਤਾ ਹੈਗਾ ਕਿ ਖੁਦਾ ਦੀ ਬਰਕਤ ਨਾ ਚਲੋ ਠੀਕ ਹੈ ਕਿ ਉਹ ਪਾਕ ਰੂਹ ਨਾ ਜਿਹਨਾਂ ਦੇ ਵਿੱਚ ਹੈਗਾ ਉਹ ਤਾਂ ਜਿੱਦਾਂ ਮੋਲਡ ਹੋ ਜਾਂਦੇ ਉਹ ਤਾਂ ਮਿੱਟੀ ਇੱਦਾਂ ਦੀ ਹੋ ਜਾਂਦੀ ਹੈ ਕਿ ਪਲਾਇਬਲ ਹੁੰਦੀ ਹੈ ਤਾਂ ਕਈ ਜਿਹੜੇ ਬੱਚੇ ਬਾਹਰੋਂ ਆਉਂਦੇ ਹੈਗੇ ਆ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਾਫੀ ਜਿੱਦਾਂ ਕਹਿੰਦੇ ਹੁੰਦੇ ਵੀ ਮਿਕਸਚਰ ਆਇਆ ਹੁੰਦਾ ਤਾਂ ਉਹਨਾਂ ਨੂੰ ਤਾਲੀਮ ਦੇਣੀ ਤੁਹਾਡਾ ਕਿੰਨਾ ਕੁ ਮੁਸ਼ਕਲ ਕੰਮ ਹੈ ਜੇ ਆਪਣੀ ਸਮਝ ਨਾ ਸੋਚੀਏ ਤਾਂ ਬਹੁਤ ਮੁਸ਼ਕਲ ਆ ਬਟ ਐਵਰੀ ਹਰ ਇੱਕ ਆਨਸਰ ਜਿਹੜਾ ਆ ਹਰ ਇੱਕ ਪ੍ਰਸ਼ਨ ਦਾ ਉੱਤਰ ਜਿਹੜਾ ਆ ਉਹ ਵਰਡ ਆਫ ਗੋਡ 'ਚ ਆ ਪਵਿੱਤਰ ਬਾਈਬਲ ਦੇ ਵਿੱਚ ਆ ਐਂਡ ਪਵਿੱਤਰ ਆਤਮਾ ਦੇ ਦੁਆਰਾ ਆ ਹੁਣ ਜੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਗੱਲ ਦੱਸਾਂ ਆਪਾਂ ਬਾਹਰਲੇ ਬੱਚਿਆਂ ਦੀ ਗੱਲ ਕਰਦੇ ਹਾਂ ਅਸੀਂ ਸਾਡਾ ਕੈਨੇਡਾ ਜਾਣਾ ਮੇਨ ਮਕਸਦ ਸੀਗਾ ਆਪਣੇ ਬੱਚਿਆਂ ਦਾ ਕਰਕੇ ਸਾਡੇ ਆਪਣੇ 4 ਬੱਚੇ ਆ ਪਰ ਸਾਡੇ ਸਪਿਰਿਚੁਅਲ ਬੱਚੇ ਬਹੁਤ ਆ ਐਡਮਿੰਟਨ ਦੇ ਵਿੱਚ ਹੀ ਸਾਡੇ 6 ਸਟੂਡੈਂਟ ਸਾਡੇ ਆਪਣੇ ਚਰਚ ਤੋਂ ਗਾਂਧਰਾ ਤੋਂ ਐਡਮਿੰਟਨ ਦੇ ਵਿੱਚ ਹੀ 6 ਸਟੂਡੈਂਟਸ ਆ ਰਾਈਟ ਐਂਡ ਦੇ ਆਰ ਫੋਲੋਇੰਗ ਲੋਰਡ ਜੀਸਸ ਕ੍ਰਾਈਸਟ ਉੱਥੇ ਵੀ ਉਹਨਾਂ ਦੀ ਇੰਨੀ ਸਟਰੋਂਗ ਫੇਸ਼ ਫਾਊਂਡੇਸ਼ਨ ਆ ਕਿ ਜਿਹਦੀ ਸਿੱਖਿਆ ਲੈ ਕੇ ਆਏ ਹੈ ਆ ਵਰਡ ਆਫ ਗੋਡ 'ਚੋਂ ਉੱਥੇ ਵੀ ਉਹ ਚਰਚ ਜਾ ਰਹੇ ਔਰ ਸੇਵਾ ਕਰ ਰਹੇ ਆ ਬੱਚੇ ਸਟੂਡੈਂਟ ਆ ਪਰ ਸੇਵਾ ਕਰ ਰਹੇ ਐਡਮਿੰਟਨ 'ਚ ਵੀ ਸਾਡੇ ਸਟੂਡੈਂਟ ਆ ਇਹ ਜਸਟ ਇਨ ਟੋਰੋਂਟੋ ਐਂਡ ਮਿਸੀ ਸਵਾਗਾ ਅਤੇ ਬਰੈਂਪਟਨ ਦੇ ਵਿੱਚ ਹੀ ਸਾਡੇ 10-12 ਸਟੂਡੈਂਟ ਆ ਜਿਹੜੇ ਸਾਡੀ ਕਲੀਸੀਆ 'ਚੋਂ ਹੀ ਆਏ ਹੋਏ ਆ ਸੋ ਇਹਦਾ ਮਤਲਬ ਤੁਹਾਡਾ ਚਰਚ ਉੱਥੇ ਹੈ ਕਿੱਥੇ ਇੰਡੀਆ ਇੰਡੀਆ ਵੀ ਸਰਵ ਦ ਲੋਰਡ ਵੀ ਗੋਟ ਪਾਸਟਰਸ ਦੇ ਆ we got pastors there and we are just counselors othe so we work with the young people acha othe ve utho tusi taleem unna nu danne hage ha utho bachpan to fe oh badde hage bad ke to oh duniya de vich jande hage jande that's it yes. what a wonderful so we are concept. serving as a youth and community leaders there and we are just the counselors but we got 2 pastors there who serve in the church and we just get a teaching from it them. was jidda kende vi ek tarah da miracle mainly bahut mushkil lagda hega ke naujawan tade arge young umar de vich theek hai mainu pata vi answer ida vi ki pavitra atma sara kuch hi kara lendi hegi hai ke oxford de vich rehn ke aur idalla sara dekh ke ta india de vich ja ke ਰਿਹਾਇਸ਼ ਵੀ ਉੱਥੇ ਸਭ ਕੁਛ ਉੱਥੇ ਬੱਚਿਆਂ ਨੂੰ ਵੀ ਸ਼ਿਫਟ ਕਰਨਾ ਬਹੁਤ ਵੱਡੀ ਸਟੈਪ ਆ ਹਾਊ ਡਿਡ ਯੂ ਫੀਲ ਐਜ਼ ਅ ਮਦਰ ਮਾਂ ਹੋ ਕੇ ਸਾਰਾ ਕੁਛ ਅਪਰੂਟ ਕਰਕੇ ਜਾਣਾ ਕਿਸ ਤਰ੍ਹਾਂ ਲੱਗਾ ਕਦੀ ਮੌਕਾ ਹੀ ਨਹੀਂ ਮਿਲਿਆ ਸੋਚਣ ਲਈ ਹਾਊ ਆਈ ਫੈਲਟ ਬਿਕੋਜ਼ ਇਹ ਦਰਸ਼ਨ ਹੀ ਪ੍ਰਭੂ ਨੇ ਦਿੱਤਾ ਜਿਸ ਤਰ੍ਹਾਂ ਮੈਂ ਦੱਸਿਆ ਉਹ ਬੇਟਾ ਬਿਮਾਰ ਹੋ ਗਿਆ ਉੱਥੇ ਤਾਂ ਜਿੱਦਾਂ ਫਿਰ ਅਸੀਂ ਉਹਨੂੰ ਵਾਪਸ ਜਿੱਦਾਂ ਮੈਂ ਜਦੋਂ ਦੇਖਿਆ ਗਰੀਬ ਬੱਚੇ ਉੱਥੇ ਮਰ ਰਹੇ ਆ ਫਿਰ ਮੈਂ ਵਾਪਸ ਆ ਗਈ ਇੰਡੀਆ ਤੋਂ ਇੱਥੇ ਅਸੀਂ ਹੋਲੀਡੇ ਲਈ ਗਏ ਹੋਏ ਸੀ ਫਿਰ ਇੱਥੇ ਆਣ ਕੇ 2 ਮਹੀਨੇ ਸਾਨੂੰ ਨੀਂਦ ਨਹੀਂ ਆਈ ਇਹੀ ਸੋਚ ਕੇ ਵੀ ਇੰਡੀਆ 'ਚ ਗਰੀਬਾਂ ਨੂੰ ਦਾ ਕੀ ਹਾਲ ਆ ਬਿਨਾਂ ਪੈਸਿਆਂ ਤੋਂ ਬੱਚੇ ਮਰ ਰਹੇ ਆ ਫਿਰ ਪ੍ਰਭੂ ਨੇ ਸਾਨੂੰ ਆਵਾਜ਼ ਦਿੱਤੀ ਪਰ ਯੂ ਨੋ ਜਦੋਂ ਆਪਾਂ ਨੂੰ ਪ੍ਰਭੂ ਆਵਾਜ਼ ਦਿੰਦਾ ਆ ਉਹ ਆਪਾਂ ਨੂੰ ਹਿੰਮਤ ਦਿੰਦਾ ਤਾਕਤ ਦਿੰਦਾ ਹੀ ਗਿਵਸ ਇਜ਼ ਦ ਪੈਸ਼ਨ ਦ ਡਿਜ਼ਾਇਰ ਇਸ ਲਈ ਕੈਨ ਯੂ ਬਲੀਵ ਇਟ ਮੈਂ ਕਦੀ ਜ਼ਿੰਦਗੀ 'ਚ ਇੱਦਾਂ ਦਾ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਸੋਚਾਂ ਕਿ ਮੈਨੂੰ ਕਿੱਦਾਂ ਲੱਗਾ ਆਈ ਲਵ ਇਟ ਆਈ ਲਵ ਇਟ ਆਈ ਕੈਨ ਡੂ ਐਨੀਥਿੰਗ ਆਈ ਵੁੱਡ ਯੂ ਨੋ ਆਈ ਲਵ ਇੰਗਲੈਂਡ ਅਮੈਰੀਕਾ ਕੈਨੇਡਾ ਫੋਰ ਅ ਹੋਲੀਡੇ ਬਟ ਆਈ ਵਿਲ ਨੈਵਰ ਲੀਵ ਇੰਡੀਆ ਇੰਡੀਆ ਇਜ਼ ਆਰ ਲਾਈਫ ਐਂਡ ਯੂ ਨੋ ਸਾਡੀ ਜ਼ਿੰਦਗੀ ਸਾਡੀ ਜ਼ਿੰਦਗੀ ਮੌਤ ਉੱਥੇ ਹੀ ਆ ਹੁਣ ਕਰਕੇ ਪ੍ਰਭੂ ਨੇ ਸਾਨੂੰ ਸੇਵਾ ਹੀ ਉੱਥੇ ਦਿੱਤੀ ਆ ਐਂਡ ਕਹਿੰਦੇ ਆਪਣੇ ਲਈ ਤਾਂ ਹਰ ਕੋਈ ਕਰਦਾ ਪਰ ਜਦੋਂ ਤੁਸੀਂ ਦੂਸਰਿਆਂ ਲਈ ਕਰਦੇ ਆ
ਉਹਦੇ ਵਿੱਚ ਮਜ਼ਾ ਹੀ ਕੁਛ ਹੋਰ ਆ, ਸ਼ਾਂਤੀ ਆ, ਖੁਸ਼ੀ ਆ, ਔਰ ਪ੍ਰਭੂ ਤੁਹਾਡੇ ਲਈ ਅਸਮਾਨ ਦੀਆਂ ਖਿੜਕੀਆਂ ਖੋਲ ਦਿੰਦਾ, ਇੰਨੀਆਂ ਬਰਕਤਾਂ ਦਿੰਦਾ। ਪਰ ਮੈਨੂੰ ਪਤਾ ਬ੍ਰਦਰ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ, ਇੱਦਾਂ ਸਾਡੇ ਭਾਵਾਂ ਨਾ ਖਿਆਲ 'ਚ ਆਇਆ ਹੋਵੇ, ਪਰ ਇੱਕ ਦੋ ਸਮਾਂ ਇੱਦਾਂ ਆਇਆ ਵੀ ਸਾਡੇ ਬੱਚਿਆਂ ਨੇ ਕਿਹਾ ਆ ਕਿ ਮੰਮੀ ਡੈਡੀ ਕੀ ਪ੍ਰਭੂ ਨੇ ਸਾਨੂੰ ਇੰਡੀਆ 'ਚ ਹੀ ਸੱਦਣਾ ਸੀਗਾ। ਐਂਡ ਦੈਟ ਇਜ਼ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ, ਵੀ ਸਟਰਗਲ ਬਹੁਤ ਜ਼ਿਆਦਾ, ਜੂਨ ਜੁਲਾਈ ਦੇ ਵਿੱਚ ਜਦੋਂ ਸਾਡੀਆਂ ਪਹਿਲੀਆਂ ਗਰਮੀਆਂ ਸੀ, ਤਾਂ ਸਾਡਾ ਇੱਕ ਬੱਚੇ ਨੇ, ਮੈਂ ਨਾਂ ਨਹੀਂ ਲੈਣਾ, ਸਾਡੇ ਇੱਕ ਬੱਚੇ ਨੇ ਸਾਨੂੰ ਕਿਹਾ ਮੰਮੀ ਡੈਡੀ ਤੁਹਾਨੂੰ ਰੱਬ ਨੇ ਤੁਹਾਨੂੰ ਇੱਥੇ ਹੀ ਕਿਹਾ ਸੀ, ਇੰਡੀਆ ਆਉਣ ਲਈ ਅਮਰੀਕਾ ਕੈਨੇਡਾ ਨਹੀਂ ਸੀ ਭੇਜਿਆ, ਯੂਨੋ ਆਪਾਂ ਨੂੰ ਉੱਥੇ ਲੈ ਜਾਂਦਾ ਰੱਬ, ਇੰਨੀ ਗਰਮੀ 'ਚ ਅਸੀਂ ਸਫ਼ਰ ਕਰ ਰਹੇ ਹਾਂ। ਸੋ ਫੋਰ ਦੈਟ ਵਾਜ਼ ਚਾਈਲਡਸ, ਉਹ ਇੱਕ ਬੱਚੇ ਦਾ ਕੁਸ਼ਚਨ ਸੀਗਾ, ਪਰ ਉਹ ਬੱਚੇ ਨੂੰ ਫਿਰ ਅਸੀਂ ਬਿਠਾ ਕੇ ਸਮਝਾਇਆ ਵੀ ਦੇਖੋ ਜਿੱਥੇ ਨੀਡ ਆ ਪ੍ਰਭੂ ਨੇ ਉੱਥੇ ਆਪਾਂ ਨੂੰ ਲਿਜਾਣਾ, ਆਰ ਯੂ ਪ੍ਰਿਪੇਅਰ ਟੂ ਡੂ ਇਟ। ਫਿਰ ਉਹ ਇਸ ਗੱਲ ਨੂੰ ਸਮਝਿਆ ਬੱਚਾ, ਔਰ ਉਹਨੇ ਮੁੜ ਕੇ ਦੁਬਾਰਾ ਕਦੀ ਨਹੀਂ ਗਿਆ। ਇਹਦਾ ਮਤਲਬ ਤੁਸੀਂ ਫਰਮਲੀ ਇਸਟੈਬਲਿਸ਼ ਹੋਏ ਹੋ ਇਸ ਵੇਲੇ ਇੰਡੀਆ ਦੇ ਵਿੱਚ। ਹੁਣ ਆਪਾਂ ਇੰਡੀਆ ਦੀ ਗੱਲ ਥੋੜ੍ਹੀ ਇੱਕ ਕਰਨੀ ਹੈਗੀ ਕਿ ਇੰਡੀਆ ਦੇ ਵਿੱਚ ਇਸ ਵੇਲੇ ਦੇਖਿਆ ਜਾਵੇ ਤਾਂ ਬੜੀ ਰਿਵਾਈਵਲ ਆ ਰਹੀ ਹੈਗੀ ਆ, ਬਹੁਤ ਹੀ ਖੁਦਾ ਦਾ ਕਲਾਮ ਫੈਲ ਰਿਹਾ ਹੈਗਾ, ਤਾਂ ਤੈਨੂੰ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਉੱਥੇ ਰਹਿ ਕੇ ਖੁਦਾ ਦਾ ਕਲਾਮ ਸੁਣਾਉਣਾ ਔਰ ਗਾਂ ਦੇਖਣਾ, ਭੈਣ ਭਰਾ ਜਿਹੜੇ ਇੱਕ ਟਾਈਮ ਜਿੱਦਾਂ ਕਹਿੰਦੇ ਹੁੰਦੇ ਵੀ ਗਰੀਬੀ ਦੇ ਵਿੱਚ ਜਾਂ ਬਿਮਾਰੀ ਦੇ ਵਿੱਚ ਤਕਲੀਫ ਦੇ ਵਿੱਚ ਮਿਰਕਲਸ ਹੈਪਨਿੰਗ ਰਾਈਟ ਇਨ ਫਰੰਟ ਆਫ ਯੂ, ਜਦੋਂ ਖੁਦਾ ਦਾ ਕਲਾਮ ਆਪਾਂ ਛੋੜ ਦਿੰਦੇ ਹੈਗੇ ਹਾਂ ਤਾਂ ਉਹ ਕਦੀ ਵੀ ਕਹਿੰਦੇ ਖਾਲੀ ਨਹੀਂ ਮੁੜ ਕੇ ਆਉਂਦਾ ਹੈਗਾ। ਤੁਹਾਡੇ ਐਕਸਪੀਰੀਅੰਸ ਇਸ ਉੱਤੇ? ਸਾਨੂੰ ਕਹਿੰਦੇ ਬਹੁਤ, ਸਾਡੇ ਕੋਲ ਅਲਫਾਜ਼ ਨਹੀਂ ਅਸੀਂ ਕਿਸ ਤਰ੍ਹਾਂ ਬਿਆਨ ਕਰੀਏ, ਬਹੁਤ ਹੀ ਚੰਗਾ ਲੱਗਦਾ। ਗਰੀਬੀ ਤਾਂ ਜਿਹੜੀ ਹੈਗੀ ਹੈਗੀ, ਗਰੀਬੀ ਤਾਂ ਸ਼ੁਰੂ ਤੋਂ ਹੀ ਆ, ਉੱਥੇ ਸਭ ਤੋਂ ਜ਼ਿਆਦਾ ਚੰਗਾ ਇਹ ਲੱਗਦਾ ਕਿਉਂਕਿ ਉੱਥੇ ਲੋਕ ਬਿਮਾਰੀ ਦੇ ਹਾਲਤ ਨਾ ਬਹੁਤ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਪਾਕਿਸਤਾਨ ਹੋਵੇ ਚਾਹੇ ਇੰਡੀਆ ਹੋਵੇ, ਉੱਥੇ ਇੰਡੀਆ ਦੇ ਵਿੱਚ ਕਿੰਨਾ ਦੁਸ਼ਟ ਆਤਮਾ ਦਾ ਕੰਮ ਹੁੰਦਾ, ਡਿਨੋਮਿਕ ਪਾਵਰਸ, ਕੋਈ ਕਿਸੇ ਨੂੰ ਕੁਛ ਕਰ ਦਿੰਦਾ, ਜਾਦੂ ਟੂਣਾ ਕਰ ਦਿੰਦਾ। ਔਰ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਲੋਕ ਆਪਣੀ ਅੱਖੀ ਦੇਖਦੇ ਕਿ ਲੋਕ ਪ੍ਰਭੂ ਯਸ਼ੂ ਮਸੀਹ ਨੂੰ ਜਾਣਦੇ ਆ ਔਰ ਚੰਗਿਆਈ ਪਾ ਰਹੇ ਆ ਔਰ ਸ਼ਿਫਾ ਪਾ ਰਹੇ ਆ, ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋ ਹੀ ਨਹੀਂ ਸਕਦੀ ਕਿ ਪ੍ਰਭੂ ਯਸ਼ੂ ਮਸੀਹ ਦੇ ਨਾਂ ਦੇ ਵਿੱਚ ਲੋਕ ਬਚ ਰਹੇ ਆ। ਮੇਨਲੀ ਸਾਡਾ ਕੰਮ ਹੈਗਾ ਵਰਕਿੰਗ ਵਿਦ ਯੰਗ ਪੀਪਲ, ਜਵਾਨਾਂ ਦੇ ਨਾਲ ਸਪੋਰਟਸ ਦੇ ਜ਼ਰੀਏ ਔਰ ਉਹਨਾਂ ਨੂੰ ਐਜੂਕੇਸ਼ਨ ਦੇਣੀ, ਬਿਕੋਜ਼ ਜਿੱਥੇ ਸੈਂਟਰ ਆ ਉੱਥੇ ਸਾਡੇ ਕੋਲ ਦੋ ਪਾਸਟਰਸ ਆ, ਉਹਨਾਂ ਦੀ ਮਿਸਿਜ਼ ਆ, ਦੇ ਰਨ ਦ ਚਰਚ ਅਤੇ ਐਂਡ ਵੀ ਵਰਕ ਵਿਦ ਦ ਯੰਗ ਪੀਪਲ। ਸਾਡੇ ਕੋਲ 65 ਬੱਚੇ ਆ ਹੁਣ ਜਿਹੜੇ ਪੱਕੇ ਆ, ਵੀ ਉਹਨਾਂ ਦੀ ਅਸੀਂ ਸ਼ੁਰੂ ਤੋਂ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਉਹਨਾਂ ਦੇ ਕਰੀਅਰ ਬੇਸ ਤੱਕ, ਉਹਨਾਂ ਦਾ ਜੋ ਉਹਨਾਂ ਨੇ ਬਣਨਾ, ਵੀ ਹੈਵ ਫਲੈਜਡ ਵਿਦ ਗੋਡ ਦੈਟ ਵੀ ਵਿਲ ਸਟੈਂਡ ਵਿਦ ਦੈਮ, ਅਸੀਂ ਉਹਨਾਂ ਨਾਲ ਖੜ੍ਹੇ ਰਹਾਂਗੇ, ਉਹਨਾਂ ਬੱਚਿਆਂ ਦੇ ਨਾਲ ਉਹਨਾਂ ਲਈ ਪ੍ਰਾਰਥਨਾ ਕਰਾਂਗੇ। ਹੋਰ ਬੱਚੇ ਵੱਧ ਰਹੇ ਆ, ਪਰ ਜਿੱਦਾਂ ਜਿੱਦਾਂ, ਪਰ ਉਹਨਾਂ ਬੱਚਿਆਂ ਨੇ ਵੀ ਪਲੈਜ ਕੀਤੀ ਵੀ ਉਹ ਕਮਿਊਨਿਟੀ ਦੇ ਲਈ, ਲੋਕਾਂ ਦੇ ਲਈ, ਪੰਜਾਬ ਦੇ ਲਈ ਔਰ ਪਰਮੇਸ਼ਰ ਦੇ ਕੰਮ ਦੇ ਲਈ ਅੱਗੇ ਵੱਧ ਚੜ੍ਹ ਕੇ ਹਿੱਸਾ ਲੈਣਗੇ। ਤਾਂ ਫਿਊਚਰ ਵਿਜ਼ਨ ਫੋਰ ਆਕਸਫੋਰਡ ਯੰਗ ਸਟੈਪਸ ਇੰਟਰਨੈਸ਼ਨਲੀ ਔਰ ਲੋਕਲੀ ਇੰਡੀਆ ਦੇ ਵਿੱਚ ਤੁਹਾਡੀ ਕੀ ਹੈ? ਵੈਲ ਪ੍ਰਭੂ ਐਵੇਂ ਨਹੀਂ ਲੈ ਕੇ ਜਾਂਦਾ, ਜਿੱਥੇ ਤੁਸੀਂ ਜ਼ਿਆਦਾ ਜਾਣਦੇ ਸਾਡੇ ਕੋਲੋਂ, ਅਸੀਂ ਤੁਹਾਡੇ ਕੋਲੋਂ ਸਿੱਖਿਆ ਹੋਇਆ, ਅਤੇ ਤੁਸੀਂ ਜਾਣਦੇ ਹੋ ਕਿ ਪ੍ਰਭੂ ਜਿੱਥੇ ਲੈ ਕੇ ਜਾਂਦਾ ਉਹ ਬਿਨਾਂ ਮਤਲਬ ਤੋਂ ਨਹੀਂ ਲੈ ਕੇ ਜਾਂਦਾ। ਯੂ ਨੋ, ਅੱਜ ਤੋਂ 6 ਸਾਲ ਪਹਿਲਾਂ ਪਰਮੇਸ਼ੁਰ ਸਾਨੂੰ ਅਮੈਰੀਕਾ ਔਰ ਕੈਨੇਡਾ ਲੈ ਕੇ ਗਿਆ ਸੀਗਾ, ਟੂ ਦ ਨੌਰਥ ਔਫ ਇਟ, ਬੇ ਵਾਸ਼ਿੰਗਟਨ DC, ਫਿਲਾਡੈਲਫੀਆ, ਬੋਸਟਨ ਐਂਡ ਨਿਊਯਾਰਕ, ਅਤੇ ਨਾਲ ਹੀ ਟੋਰੋਂਟੋ, ਮਿਸੀਸੋਗਾ, ਹੈਮਿਲਟਨ, 6 ਸਾਲ ਪਹਿਲਾਂ। ਅਤੇ ਉਦੋਂ ਪਰਮੇਸ਼ੁਰ ਨੇ ਸਾਨੂੰ ਯੂਥ ਕਲੱਬਸ ਦੇ ਵਿੱਚ, ਚਰਚਸ ਦੇ ਵਿੱਚ ਇਸਤੇਮਾਲ ਕੀਤਾ, ਉਦੋਂ ਸੀਡ ਪਲਾਂਟ ਕਰਿਆ ਇਹ ਸੀ ਅਸੀਂ, ਅਤੇ ਇਸ ਸਾਲ ਸਾਨੂੰ ਜੋੜਨ ਦੇ ਹੀ ਜ਼ਰੀਏ ਸਾਨੂੰ ਪ੍ਰਭੂ ਕੈਲੀਫੋਰਨੀਆ ਲੈ ਕੇ ਗਿਆ, ਉੱਥੇ ਵੱਖ ਵੱਖ ਚਰਚਸ ਦੇ ਵਿੱਚ ਲੈ ਕੇ ਗਿਆ, ਕੋਰੀਅਨ, ਵੀ ਵਿਜ਼ਿਟਡ ਕੋਰੀਅਨ ਚਰਚਸ, ਅਮੈਰੀਕਨ, ਏਸ਼ੀਅਨ, ਇੰਡੀਅਨ ਐਂਡ ਪਾਕਿਸਤਾਨੀ ਚਰਚਸ, ਅਤੇ ਉੱਥੇ ਵੀ ਪ੍ਰਭੂ ਨੇ ਇਸਤੇਮਾਲ ਕੀਤਾ। ਐਂਡ ਸਿਮੀਲਰਲੀ ਇਨ ਕੈਨੇਡਾ, ਥਰੂ ਆਊਟ ਕੈਨੇਡਾ, ਐਂਡ ਜਿੱਥੇ ਜਿੱਥੇ ਨੀਡਸ ਆ ਉੱਥੇ ਵੀ ਬਿਲੀਵ, ਐਂਡ ਬਹੁਤ ਜ਼ਿਆਦਾ ਨੀਡਸ ਆ, ਹੈ ਨਾ, ਹਰ ਪੱਖੋਂ ਹੀ, ਅਤੇ ਸਪੈਸ਼ਲੀ ਏਸ਼ੀਅਨ ਕਮਿਊਨਿਟੀ ਦੇ ਵਿੱਚ, ਆਪਾਂ ਅੱਜ ਏਸ਼ੀਅਨ ਇਸ਼ੂਜ਼ ਦੀ ਗੱਲ ਕਰ ਰਹੇ ਹਾਂ, ਯੂ ਨੋ, ਹਰ ਇੱਕ ਮੁਲਕ ਦੇ ਵਿੱਚ, ਚਾਹੇ ਅਮਰੀਕਾ ਹੋਵੇ, ਚਾਹੇ ਕੈਨੇਡਾ, ਚਾਹੇ ਇੰਗਲੈਂਡ, ਚਾਹੇ ਆਸਟ੍ਰੇਲੀਆ, ਰਾਈਟ, ਹਰ ਇੱਕ ਦੇ ਵਿੱਚ ਏਸ਼ੀਅਨ ਇਸ਼ੂਜ਼, ਆਪਾਂ ਨੂੰ ਉੱਥੇ ਬਹੁਤ ਸਾਰੀਆਂ ਨੀਡਸ ਆ ਕਿ ਆਪਾਂ ਨੂੰ ਯੂਥ ਐਂਡ ਕਮਿਊਨਿਟੀ ਲਈ ਵਰਕ ਦੀ, ਅਬਵ ਆਲ ਉਹ ਯੂਥ ਐਂਡ ਕਮਿਊਨਿਟੀ ਵਰਕ ਕਰਨਾ ਕਿੱਦਾਂ ਹੈ, ਯੂ ਨੋ, ਵਚਨ ਦੇ ਮੁਤਾਬਕ, ਅਕੋਰਡਿੰਗ ਹੂ ਇਜ਼ ਆਵਰ ਲੀਡਰ, ਸਾਨੂੰ ਯੇਸ਼ੂ ਮਸੀਹ ਨੇ ਕਿੱਦਾਂ ਦੱਸਿਆ ਕਿ ਅਸੀਂ ਬਦਲਾਅ ਲਿਆ ਸਕਦੇ ਹਾਂ, ਵੀ ਹੈਵ ਟੂ ਬੀ ਦ ਲਾਈਟ ਆਫ ਦ ਵਰਲਡ, ਐਂਡ ਵੀ ਬਲੀਵ ਦ ਆਕਸਫੋਰਡ ਯੰਗ ਸਟੈਪਸ ਵਿਲ ਬੀ ਇੰਟਰਨੈਸ਼ਨਲ। ਸਾਡੀ ਇਹ ਦੁਆ ਹੈ, ਬੱਚੇ ਹੌਲੀ ਹੌਲੀ, ਗੋਡ ਐਸ, ਖੁਦਾ ਨੇ ਸਾਨੂੰ ਕਿਹਾ ਆ, ਲੈ ਕੇ ਜਾਊਗਾ ਫਿਰ ਦੁਬਾਰਾ, ਐਂਡ ਵੀ ਬੇਸਿਕਲੀ ਸਾਡਾ ਮੇਨ ਜਿਹੜਾ ਹਾਰਟ ਆ ਉਹ ਆਕਸਫੋਰਡ ਲਈ ਆ, ਮੇਨ ਹਾਰਟ, ਐਂਡ ਪ੍ਰਭੂ ਨੇ ਵਾਅਦਾ ਕੀਤਾ ਹੋਇਆ ਕੁਛ,
ਤੇ ਉਹ ਜਦੋਂ ਵੀ ਪ੍ਰਭੂ ਵਾਦਾ ਪੂਰਾ ਕਰਨ ਜਾ ਰਿਹਾ ਅਸੀਂ ਉਹ ਗਵਾਹੀ ਦਵਾਂਗੇ ਦਲੇਰੀ ਦੇ ਨਾਲ ਹਨਾ ਆਕਸਫੋਰਡ ਦੇ ਵਿੱਚ ਕੋਈ ਵੀ ਚੀਜ਼ ਕਰਦੇ ਹੈਗੇ ਆ ਤਾਂ ਤੁਹਾਨੂੰ ਵੀ ਪਤਾ ਕਿ ਪੈਸੇ ਦੀ ਬਹੁਤ ਜ਼ਰੂਰਤ ਡਜ਼ ਹੀ ਪ੍ਰੋਵਾਈਡ ਆਲ ਯੂ ਨੀਡਸ ਆਲ ਦਾ ਟਾਈਮ ਕੋਈ ਐਦਾਂ ਦਾ ਦਿਨ ਨਹੀਂ ਆ ਜਿਹੜਾ ਪ੍ਰਭੂ ਨੇ ਨਾ ਪੂਰਾ ਕੀਤਾ ਹੋਵੇ ਐਂਡ ਇਟਸ ਅਮੇਜ਼ਿੰਗ ਸਾਨੂੰ ਖੁਦ ਨਹੀਂ ਪਤਾ ਯੂ ਨੋ ਵੇਅਰ ਹੀ ਵਾਸ ਅਰਨਿੰਗ ਐਂਡ ਹੀ ਹੈਡ ਅ ਗੁੱਡ ਜੋਬ ਪ੍ਰਭੂ ਨੇ ਆਵਾਜ਼ ਦਿੱਤੀ ਸਾਰਾ ਕੁਝ ਛੱਡ ਕੇ ਅੱਜ ਉਹਦੇ ਹੁਕਮ ਦੇ ਮੁਤਾਬਿਕ ਉਹਦੀ ਸੇਵਾ ਕਰ ਰਹੇ ਹਾਂ ਇੰਨੀ ਖੁਸ਼ੀ ਇੰਨੀ ਸ਼ਾਂਤੀ ਔਰ ਬਰਕਤ ਸਾਡੇ ਘਰ 'ਚ ਉਦੋਂ ਵੀ ਨਹੀਂ ਸੀ ਕਿ ਜਦੋਂ ਹੀ ਵਾਸ ਵਰਕ ਜੋਬ ਕਰ ਰਹੇ ਸੀ ਕਿ ਜਿੰਨੀ ਸਾਡੇ ਘਰ ਦੇ ਵਿੱਚ ਹੋਣ ਆ ਮੈਂ ਸਿਰਫ ਦੋ ਐਗਜ਼ਾਮਪਲ ਦੇਣਾ ਚਾਹੁੰਦਾ ਤੁਹਾਡੇ ਇਸ ਕੁਐਸਚਨ ਨੂੰ ਵੀ ਭਾਵਾਂ ਸਾਡੀ ਲੋੜ 10 ਪਾਉਂਡ ਦੀ ਹੋਵੇ ਤੇ ਭਾਵਾਂ ਸਾਡੀ ਲੋੜ 2 ਕਰੋੜ ਦੀ ਹੋਵੇ ਸਾਡੀ ਇੱਕ ਟਾਈਮ ਲੋੜ ਸੀ ਮੇਰੀ ਲੋੜ ਮੈਂ ਇੱਕ ਵਾਰੀ ਆਕਸਫੋਰਡ ਦੇ ਵਿੱਚ ਇੱਦਾਂ ਕਾਰ 'ਚ ਬੈਠਾ ਸੀਗਾ ਅਤੇ ਮੇਰਾ ਕਾਰਡ ਬਲੌਕ ਹੋ ਗਿਆ ਅਤੇ ਨਾ ਮੇਰਾ ਫੋਨ ਪੇ ਐਸ ਯੂ ਗੋ ਸੀ ਨਾ ਮੈਂ ਕਿਸੇ ਨੂੰ ਫੋਨ ਕਰ ਸਕਦਾ ਸੀਗਾ ਅਤੇ ਨਾ ਮੈਂ ਕਾਰਡ 'ਚੋਂ ਪੈਸੇ ਕਢਾ ਸਕਦਾ ਸੀ ਮੈਨੂੰ 10 ਪਾਉਂਡ ਦੀ ਲੋੜ ਸੀ ਪ੍ਰਭੂ ਨੇ 10 ਪਾਉਂਡ ਦਿੱਤੇ ਸਾਡਾ ਘਰ ਦੀ ਮੋਰਗੇ ਸੀਗੀ ਜਦੋਂ ਅਸੀਂ ਇੰਡੀਆ ਚਲ ਗਏ ਅਤੇ ਸਾਡੇ ਘਰ ਦੇ ਪਿੱਛੋਂ ਮੋਰਗੇਜ ਨਹੀਂ ਸੀ ਦੇ ਹੋ ਰਹੀ ਕਿਰਾਏਦਾਰ ਭੱਜ ਗਏ ਸੀਗੇ ਅਤੇ ਅਸੀਂ ਵਰਿਡ ਹੋ ਗਏ ਅਤੇ ਪ੍ਰਭੂ ਨੂੰ ਕਿਹਾ ਪ੍ਰਭੂ ਤੁਸੀਂ ਸਾਨੂੰ ਲੈ ਕੇ ਗਏ ਹੋ ਅਤੇ ਤੁਸੀਂ ਸਾਨੂੰ ਹੁਣ ਤੁਸੀਂ ਪ੍ਰੋਵਾਈਡ ਕਰਨਾ ਹੈ ਐਂਡ ਪ੍ਰਾਈਜ਼ ਦ ਲੋਰਡ ਬ੍ਰਦਰ ਤੁਸੀਂ ਵਿਸ਼ਵਾਸ ਕਰੋ ਕਿ ਪ੍ਰਭੂ ਨੇ ਉਹ 1.5 ਕਰੋੜ ਦੀ ਮੋਰਗੇਜ ਜਿਹੜੀ ਰਹਿੰਦੀ ਸੀ 5 ਸਕਿੰਟਾਂ ਦੇ ਵਿੱਚ ਪੇ ਆਫ ਕਰਤੀ 5 ਸਕਿੰਟਾਂ ਦੇ ਅਤੇ ਸਾਡਾ ਘਰ ਪ੍ਰਭੂ ਨੇ ਮੋਰਗੇਜ ਫਰੀ ਕਰ ਦਿੱਤਾ ਸੋ ਗੋਡ ਉਹ ਭਲਾ ਪਰਮੇਸ਼ਵਰ ਆ ਉਹ ਆਪਣੇ ਬੰਦਿਆਂ ਦੀ ਰਖਵਾਲੀ ਦੇਖਭਾਲ ਮਦਦ ਕਰਨ ਵਾਲਾ ਪਰਮੇਸ਼ਵਰ ਹੈ ਇਟਸ ਟਰੂ ਟੂ ਸੇ ਦੈਟ ਪ੍ਰੇਅਰ ਮਿਰੇਕਲਸ ਆਰ ਸਟਿਲ ਹੈਪਨਿੰਗ ਟੂਡੇ ਓ ਯੈਸ ਆਮੇਨ ਡੈਫੀਨਿਟਲੀ 100% ਸੋ ਬਿਫੋਰ ਵੀ ਸੇ ਬਾਏ ਟੂ ਯੂ ਵੁੱਡ ਯੂ ਲਾਈਕ ਟੂ ਸ਼ੇਅਰ ਜਸਟ ਅ ਕੁਇਕ ਥੋਟ ਫੋਰ ਐਨੀ ਜਿੱਦਾਂ ਯੰਗਸਟਰਸ ਆਪਣੇ ਕੋਈ ਦੇਖ ਰਹੇ ਹੈਗੇ ਆ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਇਸ ਵੇਲੇ ਹਿੱਟ ਕਰ ਰਿਹਾ ਹੈਗਾ ਕਿ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦੇਵੋਗੇ ਜੋਨਾ ਆਈ ਮੈਂ ਬਾਈਬਲ 'ਚੋਂ ਕੋਟ ਕਰਨਾ ਚਾਹੂੰਗਾ ਜੋਨ ਚੈਪਟਰ 6 ਦੇ ਵਿੱਚ ਇੱਕ ਕਹਾਣੀ ਆਉਂਦੀ ਹੈ ਮੈਥਿਊ ਮਾਰਕ ਲੂਕ 'ਚ ਵੀ ਆਉਂਦੀ ਹੈ ਵੀ ਪ੍ਰਭੂ ਯੇਸ਼ੂ ਮਸੀਹ ਨੇ ਜਵਾਨਾਂ ਲਈ ਖਾਸ ਕਰਕੇ ਪ੍ਰਭੂ ਯੇਸ਼ੂ ਮਸੀਹ ਨੇ 5,000 ਨੂੰ ਖਿਲਾਇਆ ਜੇ ਤੁਹਾਨੂੰ ਯਾਦ ਹੋਊਗਾ ਕਿਸੇ ਨੇ ਕਿਤੇ ਸਟੋਰੀ ਪੜ੍ਹੀ ਹੋਣੀ ਤੁਸੀਂ 5,000 ਨੂੰ ਖਿਲਾਇਆ ਪਰ ਉਹ ਖਿਲਾਇਆ ਕਿੱਦਾਂ ਜੇ ਆਪਾਂ ਬਾਈਬਲ ਪੜ੍ਹੀਏ ਪੁਰਾਣੇ ਐਦਨਾਮੇ ਦੇ ਵਿੱਚ ਪ੍ਰਭੂ ਨੇ ਮੰਨਾ ਭੇਜਿਆ ਯਹੋਵਾ ਪਰਮੇਸ਼ਵਰ ਨੇ ਮੰਨਾ ਭੇਜਿਆ ਇਸਰਾਇਲੀਆਂ ਲਈ ਅਸਮਾਨੋਂ ਪਰ ਉੱਥੇ ਵੀ ਪ੍ਰਭੂ ਯੇਸ਼ੂ ਮਸੀਹ ਕਹਿ ਸਕਦਾ ਸੀ ਅਸਮਾਨੋਂ ਰੋਟੀਆਂ ਸਟਾ ਹੀ ਸਕਦਾ ਸੀਗਾ ਰਾਈਟ ਪਰ ਜਵਾਨੋਂ ਧਿਆਨ ਦਿਓ ਉੱਥੇ ਇੰਨੀ ਸੰਗਤ ਇੰਨੇ ਲੋਕ 5,000 ਬੰਦੇ ਸੀ ਬੁੜੀਆਂ ਦੇ ਬੱਚੇ ਦੀ ਗਿਣਤੀ ਨਹੀਂ ਹੋਈ ਇੰਨੀ ਜਨਤਾ ਦੇ ਵਿੱਚ ਉਹਨਾਂ ਨੂੰ ਰੋਟੀ ਖਿਲਾਉਣੀ ਸੀਗੀ ਔਰ ਪ੍ਰਭੂ ਯੇਸ਼ੂ ਮਸੀਹ ਨੇ ਚੇਲਿਆਂ ਨੂੰ ਪੁੱਛਿਆ ਔਰ ਚੇਲਿਆਂ ਨੇ ਕਿਹਾ ਇੱਥੇ ਇੱਕ ਮੁੰਡਾ ਹੈਗਾ ਜਿਹਦੇ ਕੋਲ 5 ਰੋਟੀਆਂ ਅਤੇ 2 ਮੱਛੀਆਂ ਇੱਕ ਮੁੰਡੇ ਕੋਲ ਟੀਨੇਜਰ ਮੁੰਡਾ ਹੋਣਾ ਉਹ ਇਹਦੇ ਬਾਈਬਲ 'ਚ ਲਿਖਿਆ ਲੈਡ ਇੰਗਲਿਸ਼ ਬਾਈਬਲ ਦੇ ਵਿੱਚ ਇੱਕ ਜਵਾਨ ਮੁੰਡਾ ਰਾਈਟ ਅਤੇ ਉਹ ਮੁੰਡੇ ਨੇ ਮੁੰਡਾ ਉਹ ਕਿੰਨਾ ਮਗਨ ਹੋਊਗਾ ਵਚਨ ਸੁਣਨ ਦੇ ਵਿੱਚ ਕਿ ਉਹਨੂੰ ਆਪਣੀ ਰੋਟੀ ਖਾਣ ਦਾ ਖਿਆਲ ਨਹੀਂ ਰਿਹਾ ਰਾਈਟ ਉਹ ਘਰੋਂ ਰੋਟੀ ਲੈ ਕੇ ਆਇਆ ਉਹਨਾਂ ਉਹਦੇ ਘਰਦਿਆਂ ਨੂੰ ਪਤਾ ਹੋਣਾ ਕਿੱਥੇ ਗਿਆ ਉਹ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਗਿਆ ਸੀ ਵਚਨ ਸੁਣਨ ਦੇ ਲਈ ਰਾਈਟ ਪਰ ਉਹ ਇੰਨਾ ਮਗਨ ਹੋ ਗਿਆ ਵਚਨ ਸੁਣਨ ਦੇ ਵਿੱਚ ਕਿ ਉਹਨੂੰ ਆਪਣੀ ਰੋਟੀ ਖਾਣ ਦਾ ਖਿਆਲ ਨਹੀਂ ਰਿਹਾ ਬਟ ਕੀ ਤੁਹਾਡਾ ਇਹ ਖਿਆਲ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਪਤਾ ਨਹੀਂ ਪ੍ਰਭੂ ਯੇਸ਼ੂ ਮਸੀਹ ਨੂੰ ਪਤਾ ਸੀ ਉਹ ਮੁੰਡੇ ਦੇ ਕੋਲ ਕੀ ਆ ਉਹ ਤਾਂ ਦਿਲਾਂ ਨੂੰ ਜਾਂਚਣ ਵਾਲਾ ਰਾਈਟ ਉੱਥੇ ਉਹਨੇ ਕੁਛ ਆਪਾਂ ਨੂੰ ਟੀਚ ਕਰਨਾ ਸੀਗਾ ਸੋ ਜੋ ਕੁਛ ਉਹ ਮੁੰਡੇ ਦਾ ਹਾਰਟ ਉਹਨੇ ਦੇਖਿਆ ਉਹ ਛੋਟੇ ਬੱਚੇ ਦਾ ਜਵਾਨ ਦਾ ਉਹ ਮੁੰਡਾ ਆਪਣਾ ਸਾਰਾ ਹੀ ਕੁਛ ਲੈ ਕੇ ਅਤੇ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਆ ਗਿਆ ਪ੍ਰਭੂ ਯੇਸ਼ੂ ਮਸੀਹ ਮਲਟੀਪਲਾਈਡ ਇਟ ਉਹਨੇ ਉਸ ਬੱਚੇ ਦੇ ਟੈਲੈਂਟ ਨੂੰ ਗਿਫਟ ਨੂੰ ਯੂਜ਼ ਕੀਤਾ ਸੋ ਬੱਚੇ ਅੱਜ ਜਿਹੜਾ ਤੁਹਾਡਾ ਟੈਲੈਂਟ ਐਂਡ ਗਿਫਟ ਹੈ ਨਾ ਬ੍ਰਿੰਗ ਟੂ ਲੋਡ ਪ੍ਰਭੂ ਦੇ ਘਰ ਦੇ ਵਿੱਚ ਲੈ ਕੇ ਆਓ ਪ੍ਰਭੂ ਦੇ ਵਚਨ ਸੁਣਨ ਲਈ ਆਵੋ ਪ੍ਰਭੂ ਦੇ ਵਚਨ ਜਦੋਂ ਤੁਸੀਂ ਸੁਣਨ ਆਓਗੇ ਜਿਹੜਾ ਤੁਹਾਡੇ ਕੋਲ ਗਿਫਟ ਤੋੜਾ ਟੈਲੈਂਟ ਦਿੱਤਾ ਨਾ ਪਰਮੇਸ਼ੁਰ ਉਹ ਮਲਟੀਪਲਾਈ ਕਰੂਗਾ ਔਰ ਉਹ ਲੱਖਾਂ ਕਰੋੜਾਂ ਲਈ ਮਿਰੇਕਲ ਬਣੂਗਾ ਉੱਥੇ ਉਹ ਵੱਡਾ ਮਿਰੇਕਲ ਹੋਇਆ ਉੱਥੇ 5,000 ਨੂੰ ਖਿਲਾਉਣਾ ਵੱਡਾ ਮਿਰੇਕਲ ਰਾਈਟ ਅਤੇ ਉਹ ਕਦ ਕਿੱਦਾਂ ਪੋਸੀਬਲ ਹੋਇਆ ਇੱਕ ਜਵਾਨ ਦੇ ਕਾਰਨ ਜੋ ਜਵਾਨ ਦੇ ਕੋਲ ਸੀਗਾ ਸੋ ਜੋ ਕੁਛ ਤੁਹਾਡੇ ਕੋਲ ਹੈਗਾ ਵਟ ਐਵਰ ਟੈਲੈਂਟ ਗਿਫਟ ਪੈਸਾ ਕਿਸੇ ਵੀ ਕੰਮ ਲਈ ਪ੍ਰਭੂ ਦੇ ਲਈ ਲੈ ਆਓ ਪ੍ਰਭੂ ਯੇਸ਼ੂ ਮਸੀਹ ਕੋਲ ਐਂਡ ਪ੍ਰਭੂ ਯੇਸ਼ੂ ਯੂ ਵਿਲ ਬੀ ਅ ਪਾਰਟ ਆਫ ਅ ਬਿਗਰ ਮਿਰੇਕਲ ਤੁਸੀਂ ਇੱਕ ਵੱਡੇ ਚਮਤਕਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਲੈ ਆਓ ਆਪਣੇ ਟੈਲੈਂਟ ਆਪਣੇ ਆਪ ਨੂੰ ਪ੍ਰਭੂ ਦੇ ਘਰ ਦੇ ਵਿੱਚ ਲੈ ਕੇ ਆਵੋ ਵੈਰੀ ਇੰਪੋਰਟੈਂਟ ਕਿ ਯੇਸ਼ੂ ਮਸੀਹ ਦੀ ਸਿੱਖਿਆ ਸੁਣਨ ਲਈ ਆਵੋ ਲੱਕੀ ਕੈਥੀ ਬਹੁਤ ਬਹੁਤ ਹੀ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਤੁਸੀਂ ਕੱਢ ਕੇ ਆਏ ਹੈਗੇ ਆ ਔਰ ਖੁਦਾਵੰਦ ਤੁਹਾਨੂੰ ਲੰਬੀ ਔਰ ਤੰਦਰੁਸਤੀ ਦੀ ਉਮਰ ਦੇਵੇ ਔਰ ਤੁਹਾਡੇ ਬੱਚਿਆਂ ਨੂੰ ਕਹਾਂ ਬੱਚੇ ਹੋਰ ਵੀ ਮਲਟੀਪਲਾਈ ਹੋਣ ਇਹ ਸਾਡੀ ਦੁਆ ਹੈਗੀ ਆ ਤੁਹਾਡੀ ਮਿਨਿਸਟਰੀ ਨਾਲ ਵੀ ਉਹ ਵੀ ਫੈਲੇ ਬਹੁਤ ਵਧੇ ਸੋ ਬਹੁਤ ਬਹੁਤ ਸ਼ੁਕਰੀਆ
And that's it from me till next time. Hey, if you like the show, please make sure you hit the subscribe button now. Turn on those notifications so you don't miss the next show. Keep watching and stay blessed.